ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਖੁਸ਼ਖਬਰੀ ਹੈ ਪੀਐਸਟੈਟ ਵਾਲੇ ਸਟੂਡੈਂਟਾਂ ਦੇ ਲਈ ਜਿਹੜੇ ਪੀਐਸਟੈਟ 2 ਦੀ ਵੇਟ ਕਰ ਰਹੇ ਨੇ ਠੀਕ ਹੈ ਜੀ ਬੀਐਡ ਵਾਲੇ ਸਟੂਡੈਂਟ ਸੋ ਇੱਕ ਨੋਟੀਫਿਕੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਸਪੈਸ਼ਲੀ ਕਿ ਪੀਐਸਟੈਟ ਕਦੋਂ ਹੋਣਾ ਠੀਕ ਹੈ ਜੀ ਅੱਜ ਤੁਹਾਨੂੰ ਇਹ ਨੋਟੀਫਿਕੇਸ਼ਨ ਪੜ੍ਹ ਕੇ ਸੁਣਾ ਦਿੰਨੇ ਆ ਤੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਮੈਂ ਸ਼ੇਅਰ ਕਰ ਦਿੰਨਾ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਐਸ ਐਸ ਨਗਰ ਅਤੇ ਜਲੰਧਰ ਠੀਕ ਹੈ ਜੀ ਪ੍ਰਿੰਸੀਪਲ ਐਚ ਐਮ ਬੀ ਕਾਲਜ ਜਲੰਧਰ ਵਿਸ਼ਾ ਕੀ ਹੈ ਆਰਟ ਐਂਡ ਕਰਾਫਟ ਵਿਸ਼ੇ ਦੀ ਟੈਟ ਪ੍ਰੀਖਿਆ ਲਈ ਸਿਲੇਬਸ ਤਿਆਰੀ ਕਰਨ ਸੰਬੰਧੀ ਠੀਕ ਹੈ ਜੀ ਇਹਦੇ ਨਾਲ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਉਹ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਆਪਾਂ ਸਿੱਧਾ ਆਪਣੇ 메ਨ ਵਿਸ਼ੇ ਤੇ ਗੱਲ ਲੈ ਕੇ ਆਉਨੇ ਆ ਮਿੱਤੀ 21 5 2018 ਦੇ ਨਵੇਂ ਰੂਲਾਂ ਅਨੁਸਾਰ ਓਟੀਸੀ ਕਾਡ ਅਧੀਨ ਆਉਂਦੇ ਆਰਟ ਐਂਡ ਕਰਾਫਟ ਅਧਿਆਪਕ ਦੀ ਨਰੋਲ 100% ਸਿੱਧੀ ਭਰਤੀ ਦਾ ਉਪਬੰਧ ਹੈ ਇਸ ਸੰਬੰਧ ਵਿੱਚ ਓਟੀਸੀ ਅਧੀ ਕਾਡ ਅਧੀਨ ਆਰਟ ਕਰਾਫਟ ਵਿਸ਼ੇ ਲਈ ਟੈਟ ਪ੍ਰੀਖਿਆ ਟੈਟ 2 ਦੀ ਪ੍ਰੀਖਿਆ ਦੇ ਨਾਲ ਦਸੰਬਰ ਵਿੱਚ ਲਈ ਜਾਣੀ ਹੈ ਠੀਕ ਹੈ ਜੀ ਜਨਨ ਕਿ ਦਸੰਬਰ ਦੇ ਵਿੱਚ ਅੱਗੇ ਵੀ ਦਸੰਬਰ ਦੇ ਵਿੱਚ ਹੁੰਦਾ ਪਰ ਲਗਾਤਾਰ ਨਹੀਂ ਕਈ ਵਾਰ ਇਹ ਲੈਂਦੇ ਮਿਸ ਕਰ ਦਿੰਦੇ ਨੇ ਕਿ ਆਰਟ ਐਂਡ ਕ੍ਰਾਫਟ ਵਿਸ਼ੇ ਲਈ ਜਿਹੜਾ ਪੇਪਰ ਲਿਆ ਜਾਣਾ ਉਹ ਟੈਟ 2 ਦੇ ਨਾਲ ਦਸੰਬਰ ਦੇ ਮਹੀਨੇ ਦੇ ਵਿੱਚ ਲਿਆ ਜਾਵੇਗਾ ਠੀਕ ਹੈ ਜੀ ਇਸ ਕਰਕੇ ਤਿਆਰੀਆਂ ਖਿੱਚਦੇ ਹੁਣ ਤੋਂ ਤੁਹਾਡੇ ਕੋਲ ਸਮਾਂ ਹੈ ਪੀਐਸਟੈਟ ਦੇ ਆਪਣੀਆਂ ਵੀਡੀਓ ਆਲਰੇਡੀ ਅਪਲੋਡ ਕੀਤੀਆਂ ਹੋਈਆਂ ਨੇ ਤੇ ਜਿਹੜੀਆਂ ਰਹਿੰਦੀਆਂ ਨੇ ਉਹ ਆਪਾਂ ਹੁਣ ਸ਼ੁਰੂ ਕਰਾਂਗੇ ਠੀਕ ਹੈ ਜੀ ਅ ਅੱਜ ਜਾਂ ਕੱਲ ਤੋਂ ਵੀਡੀਓ ਤੁਹਾਨੂੰ ਸਾਰੀਆਂ ਮਿਲਣਗੀਆਂ ਟੌਪਿਕ ਵਾਈਜ਼ ਠੀਕ ਹੈ ਜੀ ਪੋਲਿਟੀ ਦੀ 1500 ਪਲੱਸ ਐਮਸੀਕਿਊ ਦੀ ਸੀਰੀਜ਼ ਆਪਣੀ ਅਪਲੋਡ ਕੀਤੀ ਹੋਈ ਹੈ ਮਾਡਰਨ ਹਿਸਟਰੀ ਮੀਡੀਵਲ ਹਿਸਟਰੀ ਸਾਰੇ ਜੋ ਵੀ ਜਿੰਨਾ ਵੀ ਆਪਣਾ ਪੀਐਸਟੈਟ 2 ਦਾ ਸਿਲੇਬਸ ਆ ਪੰਜਾਬੀ ਐਸਐਸਟੀ ਵਾਲੇ ਨਾਲ ਸੰਬੰਧਤ ਪੰਜਾਬੀ ਦੀਆਂ ਵੀ ਸਾਰੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਔਰ ਐਸਐਸਟੀ ਦੀ ਵੀ ਠੀਕ ਹੈ ਜੀ ਪਹਿਲੀ ਵਾਰ ਆਏ ਨੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਆਪਾਂ ਜਲਦੀ ਮਿਲਦੇ ਹਾਂ ਇਸ ਸਟੇਟ ਦੀ ਵੀਡੀਓ ਲੈ ਕੇ ਠੀਕ ਹੈ ਜੀ ਧੰਨਵਾਦ